ਏ ਆਕਾਸ਼ ਵਣੀ ਜੰਮੂਏ ਉੰਤੋਸ ਜਗਮਨ ਸ਼ਰਮਾ ਕੁਲਾ ਖਪਨਾ ਸੁਨੋ ਉਪਰਾਜਪਾ ਮਨੋ ਸਿਨਹਾਰੇ ਉਹਨੇ ਸਭ ਨੇ ਲੋਕਾਂ ਲਈ दिली आभार प्रकट किया चल रद यात्रा की कामयाब बनाने सहयोग दे महीने प्रसारित रेडियो कार्यक्रम आवाम की आवाज दौरान आख्या उख्या आध्यात्म दी ये यात्रा दया हमदर्दी पर आधारित परंपराएं की जिंदा रखने की एक रिवायत है तो पवित्र यात्रा जम्मू कश्मीर के उज्जवल भविख ल सबने की प्रेरित कर जम्मू कश्मीर प्रशासन समाज के कमजोर गरीब दबोए लतड़ोए तबकें की भलाई बेहतरी उ जीवन स्तर ਰਾਘੂ ਬੜਾ ਚੁੱਕਣ ਲਈ ਤਿਰ ਸੰਕਲਪ ਜਿਹਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਣੇ ਕਈ ਹੋਰ ਸਕੀਮਾਂ ਚਲਾਈਆਂ ਜਾ ਕਰਦੀਆਂ ਨਾ पहली जुलाई की शुरू हुई अमरनाथ की यात्रा दौरान पहले पंद्रह दिन च दो लख को म्रद्वालुए पवित्र गुफा च मत् टेकी रस्तियां यात्रा पूरी चाली व्यवस्था आंगे सर रमानदारी जारी है अडल बालटाल थम दो हजार य्रुएं की पवित्र गुफा च हिमलिंग दे दर्शन रवाना कीता किया गया बड़ल मुंह नहरे पहलगाम रस्तिया पंज हजार पंजी श्रद्वालुएं चंदनवाड़ी जाने की खुल दी गई तुम अमरनाथ जी की सालाना यात्रा लिए भगवती नगर यात्री निवास ਮੁਤਾਵਾ 6684 ਸ਼ਿਵਪਕ ਤੇ ਦਾ 14ਵਾਂ ਜੱਥਾ ਅਜਬੜਲੇ ਸ਼ਿਵਿੰਦਰ ਜੈਕਾਰੇ ਲਾਂਦੀ ਹੋਈ 241 ਗੱਡੀਆਂ ਦੇ ਕਾਫਲੇ 'ਚ ਪਵਿੱਤਰ ਗੁਫਾ ਬੱਖੀ ਰਵਾਨਾ ਹੋਆ फ्रांस के संयुक्त अरब अमीरात का दौरा पूरा करने के बाद प्रधानमंत्री नरेंद्र मोदी और कल रात नमी दिल्ली परतो आए मुल्क वापस परतोद उन्होंने दिल्ली के उपराज्यपाल वी के सक्सेना हालते राजधानी दिल्ली बरखें हाड़े की स्थिति बारे जानकारी हासिल की एक ट्वीट च एल जी सक्सेना होने आख्या प्रधानमंत्री हो स्थिति पूरी जानकारी दी ज पर उन्हें दिल्ली उ राहत हर मुमकिन कार्रवाई करने का निर्देश दी उत्तर भारत के बार्य ਪਾਰੀ ਵਰਕੇ ਦੇ ਕਰੀਬ ਬਣੇ ਦੇ ਆਲਾਤ ਬਾਰੇ ਵੀ ਜਾਣਕਾਰੀ حاصل ਕੀਤੀ ਹੈ भारत संयुक्त अरब अमीरात बार बैंकिंग क्षेत्र च दौ महत्वपूर्ण तो सहमति पत्रे पर दस्खत किए न पहला समझौता बैंकिंग क्षेत्र में मकामी क्रंसी की बरतून बढ़ावा देना दे अदायगी दे संदेश प्रणालियों की आपू चे जोड़ने सुविधा प्रदान करने के बारे है जिसले जे दुआ समझौता बनने पर लैन देन मकामी क्रंसी टकोदा तो करिए भारतीय रूपे संयुक्त अरब अमीरात के हिदम इस्तेमाल ਗੀ ਬੜਾਵਾ ਦੇਣ ਦੇ ਬਾਰੇ ਚ ਇਹਦੇ ਕੰਨੇ ਭਾਰਤ ਦੀ UPI ਗੀ ਸੰਯੁਕਤ ਅਰਬ ਅਮੀਰਾਤ ਦੇ ਤੁਰਤ ਪੇਮੈਂਟ ਵਾਲੇ ਪਲੇਟਫਾਰਮ ਦੇ ਕੰਨੇ ਜੋੜਨਾ ਤੇ ਭਾਰਤੀ ਰੁਪਏ ਕਾਰਡ ਸਵਿਚ ਤੇ UAE ਕਾਰਡ ਸਵਿਚ ਗੀ ਜੋੜਨਾ ਸ਼ਾਮਿਲ ਹੈ ਗਾਂਦਰਬਲ ਜ਼ਿਲ੍ਹੇ ਚ ਅਮਰਨਾਥ ਯਾਤਰਾ ਦੀ ਡਿਊਟੀ ਪਰ ਤਾਇਨਾਤ ਸੀਆਰਪੀਐਫ ਦੇ ਨੌ ਟਰੂਪਰਾਂ ਦੇ ਇੱਕ ਸੜਕਾ ਸੇਚ ਘਾਇਲ ਹੋਣੇ ਦੀ ਖਬਰ ਹੈ ਆਦਸਾ ਅੱਜ ਉਸਲੇ ਪੇਸ਼ ਆਇਆ ਜਿਸਲੇ ਸੋਨਮਰਗ ਦੇ ਨੀਲਗ੍ਰਥ ਇਲਾਕੇ ਚ ਹੈਲੀਪੈਡ ਕਾਸ਼ ਉੰਦੀ ਗੱਡੀ ਸੜਕਾ ਪਰ ਰੁਲ ਗਈ ਗਈ ਸਭ ਨੇ ਘਾਇਲਾਂ ਦੀ ਬਾਲਤਾਲਾ ਲੇ ਬੇਸ ਹਸਪਤਾਲ ਪੁਜਾਈ ਦਿੱਤਾ ਗਿਆ ਹੈ ਔਰ ਬਿਹੋਰੇਗੀ ਬਲਕਿ ਆ ਜਾ ਕਰਦਾ ਹੈ ਕਠਵਾ ਜ਼ਿਲ੍ਹੇ ਦੇ ਬਿਲਾਵਰ ਇਲਾਕੇ ਚ ਚਾਂਚਕਾਇ ਦੇ ਆੜ ਦੇ ਚਲਦੇ ਇੱਕ ਪਾੜੀ ਨਾਲਾ ਟਪਣੇ ਦੀ ਕੋਸ਼ਿਸ਼ ਕਰਾਦੀਆਂ ਦੋਂ ਕੁੜੀਆਂ ਰੁੜੀ ਗਈਆਂ ਨੇ ਤੇ ਦੋਂ ਕੀ ਬਚਾਇਆ ਲਤਾ ਗਿਆ ਐਸ ਐਚਓ ਬਿਲਾਵਰ ਜਤਿੰਦਰ ਸਿੰਘੋਂ ਨੇ ਦੱਸਿਆ ਜੇ ਕੱਲ ਸਨਿਆ ਕੋ 4:30 ਵਜੇ ਇਹ ਬੱਚੀਆਂ ਮੰਗਾਲਾ ਮਛੇੜੀ ਇਲਾਕੇ ਚ ਆਪਣੇ ਸਕੂਲ ਥਮਾਕਰ ਪਰਤਵਾ ਕਰਦੀਆਂ ਹੀਆਂ ਜਿਸਲੇ ਰਸਤੇ ਚ ਇੱਕ ਨਾਲਾ ਟਪਣੇ ਦੀ ਕੋਸ਼ਿਸ਼ ਚ ਇਹ ਰੁੜੀ ਗਈਆਂ ਕਿ ਜੇ ਪਾਣੀ ਦਾ ਰੋੜ ਬੜਾ ਤੇਜ਼ ਹਾ आज दी जानकारी थोंदेगे रात बचाव अभियान शुरू ਕੀਤਾ ਗਿਆ ਜਿੱਦੇ ਚ ਦੌਂਗੀ ਬਚਾਈ ਲਤਾ ਗਿਆ ਤੇ ਦੌਂਦੀਆਂ ਲੋਥਾਂ ਬਰਾਮਦ ਕੀਤੀਆਂ ਗਈਆਂ ਤਾਂ ਉਦਮਪੁਰ ਜ਼ਿਲ੍ਹੇ ਚ ਸਮਰੋਲੀ ਲਾਕੇ ਚ ਚਾਂਚ ਕਾੜੇ ਦੇਲੇ ਵੇਟੇ ਚ ਆਦੇ ਦੌਂ ਜਨ ਦੇ ਕਿ ਬਚਾਈ ਲਤਾ ਗਿਆ ਚਮਕਸ਼ੀਰ ਪੁਲਿਸ CRPF NDRF ਤੇ ਫੌਜ ਨੇ ਰਲ ਹੀ ਇਸ ਅਭਿਆਨ ਕੀ ਕਾਮਯਾਬੀ ਕਰਨੇ ਤੋੜ ਚਾੜ ਦੀ ਦੌਂ ਜਨ ਦੀ ਜਾਨ ਬਚਾਈ ਕੁਟਵਾ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਕੇਸ਼ ਮਨਾ ਸੋਰੇ ਜ਼ਿਲ੍ਹੇ ਚ ਰਾਈਬਾਈ ਖੇਤਰ ਦੇ ਪੂਰੇ ਬਰਾਦੇ ਵਿਕਾਸ ਸਰਬੰਧੀ ਯੋਜਨਾ ਐਚ ਏ ਡੀ ਪੀ ਦੀ ਅਮਲ ਆਵਰੀ ਦੀ ਪ੍ਰਗਤੀ ਤੇ ਰਫਤਾਰ ਦਾ ਜਾਇਜ਼ਾ ਲੈਣ ਲਈ ਇੱਕ ਬੈਠਕ ਸੱਦੀ ਬੈਠਕਾਂ ਚ ਜਾਣਕਾਰੀ ਦਿੱਤੀ ਗਈ ਜੇ ਕਿਸਾਨ ਸੰਪਰਕ ਅਭਿਆਨ ਦੇ 12 ਗੇੜ ਮੁਕੰਮਲ ਕਰ ਲਾਤੇ ਗੇ ਨੰ ਜਿੰਦੇ ਰਾਂੇ ਕਰਸਾਨੇ ਕੀ ਰਾਈਬਾਈ ਦੇ ਪਲਿਆਜ ਜਕ ਲਦੇ ਢੰਗ ਸ੍ਰਿਸ਼ਤੇ ਤੇ ਤਕਨੀਕੀ ਕਨੇ ਪੂਰੀ ਚਾਲੀ ਵਾਕਫ ਕਰਾਇਆ ਜਾਇ ਚੁਕੇ ਦਾ ਤੇ ਕਨੇ ਸਰਕਾਰ ਆਸਿਆ ਸਖੇਤੂ ਕਨੇ ਜੁੜਿਦੀਆਂ ਸਭ ਨੇ ਸਕੀਮੇ ਕਨੇ ਵੀ ਤਾਂਜ ਉਹ ਇੰਦੇ ਥਮਾ ਪੂਰਾ ਪੂਰਾ ਲਾਅ ਅਸਲ ਕਰੀ ਸਕਣ ਰਾਕੇਸ਼ ਮਨਹਾਸੂਰਿਆ ਆਖਿਆ ਜੇ ਐਚ ਏ ਡੀ ਪੀ ਐਸੀ ਪਹਿਲ ਹੈ ਜਿਹਦੇ ਨੇ ਰਾਈ ਭਾਈ ਦੇ ਖੇਤੂ ਕੀ ਮਤਾ ਮਨਾਫਾ ਬਖਸ਼ ਤੇ ਟਿਕਾਉ ਬਨਾਇਆ ਜਾ ਸਕਦਾ ਤੇਰੀ ਮਦਦ ਕਰਨੇ ਕਿਸਾਨੇ ਦੀ ਜਾਣਕਾਰੀ ਤੇ ਸਮਰਥਜ ਵੀ ਬਾਦਆ ਉਹ ਆ ਕਰਦਾ ਜਿਹਦੇ ਨਤੀਜੇ ਚ ਘੱਟ ਮਿਹਨਤ ਘੱਟ ਖਰਚੇ ਤੇ ਘੱਟ ਸਮੇਂ ਚ ਬਿਹਤਰ ਮਿਆਰੀ ਝਾੜ ਤੇ ਮਤਾ ਮਨਾਫਾ ਹਾਸਲ ਕੀਤਾ ਜਾ ਸਕਦਾ ਹੈ ਨੈਸ਼ਨਲ ਟੈਸਟਿੰਗ ਏਜੰਸੀ ਐਨ ਟੀ ਏ ਨੇ ਸਾਂਝੇ ਦਾਖਲਾ ਮਤਿਆਨ ਸੀ ਯੂ ਈ ਟੀ ਅੰਡਰ ਗ੍ਰੈਜੂਏਟ 2023 ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ ਇਹ ਮਤਿਆਨ ਦੇਣ ਵਾਲੇ ਮੇਦਵਾਰ ਸਰਬੰਧਿਤ ਵੈਬਸਾਈਟ cuet.samarth.ac.in ਉੱਪਰ ਜਾਈਏ ਆਪਣਾ ਰਿਜ਼ਲਟ ਦੇਖ ਸਕਦੇ ਨੇ ਇੱਕ ਟਵੀਟ ਰਾਹੀਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਹੋਰ ਨੇ ਆਖਿਆ ਜੇ ਐਨ ਟੀ ਏ ਨੇ 21 ਮਈ ਤੋਂ ਲੈ ਕੇ 5 ਜੁਲਾਈ ਤੱਕ ਕੁਲ 34 ਦਿਨਾਂ ਦੌਰਾਨ 9 ਮਰਹਲੇ ਵਿੱਚ ਇਹ ਮਤਿਆਨ ਕਰਾਇਆ ਹੈ ਇਹ ਦੇ ਕੰਨੇਗੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਆ